ਸੋ ਤੁਸੀਂ ਵੇਖ ਰਹੇ ਜੇ ਇਸ ਵੇਲੇ ਸਿੰਘ ਉੱਥੋਂ ਰਿਹਾਅ ਹੋ ਚੁੱਕੇ ਆ ਸਾਰੇ ਸਿੰਘ, ਔਰ ਉਹ ਬਾਹਰ ਲੈ ਕੇ ਲੋਕ ਵੱਧ ਤੋਂ ਵੱਧ ਜੋ ਸੰਗਤਾਂ ਆਈਆਂ ਇੱਥੇ ਸਵਾਗਤ ਕਰ ਰਹੀਆਂ ਉਹਨਾਂ ਦਾ ਤੁਸੀਂ ਵੇਖ ਰਹੇ ਜੇ। ਆਹ ਸਾਈਡ ਤੇ ਉਹ ਬੀਬੀਆਂ ਲੱਗ ਖਲੋਈਆਂ, ਆ ਜਾਓ ਵਾਹਿਗੁਰੂ ਆ ਜਾਓ। ਹਾਂਜੀ ਖਾਲਸਾ ਜੀ, ਕਿੱਦਾਂ ਜੀ ਅੱਜ? ਬੜੀ ਖੁਸ਼ੀ ਵਾਲੀ ਗੱਲ ਆ ਵਾਹਿਗੁਰੂ ਜੀ ਵੀ ਜਿਹੜੇ ਸਿੰਘ ਆਪਣਾ ਰਿਹਾਅ ਹੋਏ ਨੇ। ਹਾਂਜੀ ਹਾਂਜੀ। ਤੇ ਆਪਣਾ ਸਰਕਾਰ ਨੂੰ ਝੁਕਣਾ ਪੈ ਗਿਆ ਵਾ ਤੇ ਅਮਰਿੰਦਰ ਸਿੰਘ ਨੂੰ ਝੁਕਣਾ ਪੈ ਗਿਆ ਵਾ। ਅੱਛਾ। ਤੇ ਬੇਨਤੀ ਇਸ ਤਰ੍ਹਾਂ ਵਾ ਵੀ ਹੁਣ ਇੰਨੀ ਖੁਸ਼ੀ ਆ ਇਹਨਾਂ ਸਿੰਘਾਂ ਦੀ, ਇੰਨੀ ਖੁਸ਼ੀ ਆ ਵੀ ਕੋਈ ਲਫ਼ਜ਼ ਹੀ ਨਹੀਂ ਸਾਡੇ ਕੋਲ ਬੋਲਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਤੁਸੀਂ ਵੀਰ ਜੀ ਵੇਖ ਰਹੇ ਜੀ, ਵੇਖ ਲਓ ਵੀ ਜੋ ਸਿੰਘ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇਸ ਵੇਲੇ ਮਿਲ ਰਹੇ ਆ, ਸੰਗਤਾਂ ਨੂੰ ਟਾਈਮ ਨਹੀਂ ਮਿਲ ਰਿਹਾ ਸੀ ਇਸ ਵੇਲੇ ਪਰਿਵਾਰਾਂ ਦੇ ਨਾਲ ਮਿਲ ਰਹੇ ਆ। ਹਾਂ ਹਾਂ ਕਿਉਂ ਨਹੀਂ ਭਾਈ ਸਾਹਿਬ, ਮਾੜਾ ਜਿਹਾ ਸਾਈਡ ਦਿਓ ਜੀ ਫੋਟੋ ਇੱਕ ਬੀਬੀਆਂ ਦੇ ਨਾਲ ਵੀ। ਇਸ ਵੇਲੇ ਉਹਨਾਂ ਦਾ ਪਰਿਵਾਰ ਆਓ ਪਿਆਰੇ ਹੋ, ਇਸ ਵੇਲੇ ਉਹਨਾਂ ਦਾ ਪਰਿਵਾਰ ਵੇਖੋ ਸਾਰਾ ਨਾਲ ਖੜਾ ਹੈ ਔਰ ਉਹ ਖੁਸ਼ੀ ਮਨਾ ਰਹੇ ਆ। ਕਿਸੇ ਦਾ ਭਰਾ, ਕਿਸੇ ਦਾ ਪੁੱਤ, ਕਿਸੇ ਦਾ ਮਾਮਾ, ਕਿਸੇ ਚਾਚਾ, ਰਿਸ਼ਤਾ ਜੋੜੇ ਉਹ ਬਾਹਰ ਆਏ ਆ, ਉਹ ਵੇਖੋ ਤੁਸੀਂ ਔਰ ਸਾਰੇ ਖੁਸ਼ੀ ਆ। ਮੁਸ਼ਲ ਸਾਹਿਬ ਵੇਖੋ, ਉਹਨਾਂ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ, ਇਹ ਵੇਲੇ ਮੁਸ਼ਲ ਸਾਹਿਬ ਬੇਹੱਦ ਹੀ ਖੁਸ਼ ਨੇ। ਸਾਡੇ ਨਾਲ ਇਸ ਵੇਲੇ ਜਥੇਬੰਦੀਆਂ ਦੇ ਸਿੱਖ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਬਲਬੀਰ ਜੀ, ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਿੱਖ ਰਿਹਾ ਹੋਏ ਨੇ? ਬੜੀ ਧੰਨ